ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਸੀਗੇ ਆਪਾਂ ਵਿਹਲੇ ਅਤੇ ਮੈਂ ਸਪੈਸ਼ਲ ਲਾਡੀ ਭਾਈ ਨੂੰ ਫੋਨ ਕਰਕੇ ਬੁਲਾਇਆ ਅਤੇ ਮੈਂ ਕਿਹਾ ਲਾਡੀ ਭਾਜੀ ਆ ਜਾਓ ਫਿਲਮ ਦੇਖਣ ਚੱਲਦੇ ਹਾਂ। ਅਤੇ ਪਹਿਲਾਂ ਤਾਂ ਮੈਂ ਦੱਸਦਾ ਲਾਡੀ ਭਾਜੀ ਇਹ ਸਾਰਾ ਦਿਨ ਵਿਹਲਾ ਰਹਿੰਦਾ, ਇਹਨੂੰ ਕੰਮ ਕੋਈ ਨਹੀਂ, ਬਸ ਇੱਕੋ ਹੀ ਕੰਮ ਕਰਦਾ, ਗਾਣੇ ਗੁਣੇ ਲਿਖਣ ਦਾ। ਅਤੇ ਹੋਰ ਭਾਜੀ ਵਧੀਆ? ਬਹੁਤ ਵਧੀਆ ਜੀ। ਫਿਲਮ ਦੇਖਣੀ ਸੀ? ਹਾਂ ਫਿਲਮ ਮੈਂ ਤਾਂ ਪਹਿਲਾਂ ਬਹੁਤ ਚਿਰ ਦਾ ਸੋਚਦਾ ਸੀ ਜਦੋਂ ਆਈ ਇਹ ਦੇਖਣੀ ਹੈ। ਇਹ ਤਾਂ ਵਧੀਆ ਹੋਇਆ ਤੁਸੀਂ ਫੋਨ ਕਰਤਾ। ਚਲੋ ਵਧੀਆ ਗਿਆ, ਮੈਂ ਵੀ ਵਿਹਲਾ ਸੀ ਅੱਜ। ਮੁੰਡੇ ਨੇ ਬਹੁਤ ਜਿੱਦਾਂ ਮਿਹਨਤ ਕੀਤੀ ਆ, ਟੀਜ਼ਰ ਤੋਂ ਵੀ ਲੱਗਦਾ, ਪੋਸਟਰ ਤੋਂ ਵੀ, ਇਹਦੇ ਵਿੱਚ ਗਾਣੇ ਵੀ ਵਧੀਆ ਹੁੰਦੇ ਆ, ਮੋਟੀਵੇਟ ਕਰਦੇ ਯੂਥ ਨੂੰ। ਮੈਂ ਉਹਦੀ ਇੰਟਰਵਿਊ ਦੇਖਦਾ ਸੀਗਾ ਕਿ ਉਹ ਇੰਟਰਵਿਊ 'ਚ ਉਹਨੇ ਦੱਸਿਆ ਕਿ ਉਹ ਕਹਿੰਦਾ ਮੈਨੂੰ ਬਹੁਤ ਲੋਕਾਂ ਦੇ ਮੈਸੇਜ ਆਏ ਆ ਵੀ ਜਦੋਂ ਗਾਣਾ ਆਇਆ ਸੀ ਤੁਣਕਾ ਤੁਣਕਾ, ਕਿ ਬਹੁਤ ਲੋਕਾਂ ਨੇ ਉਹ ਤੁਣਕਾ ਤੁਣਕਾ ਦੀ ਜਿਹੜੀ ਜਿਹੜੀ ਵੀਡੀਓ ਸੀ ਗਾਣੇ ਦੀ, ਉਹ ਗਾਣੇ ਦੀ ਵੀਡੀਓ ਦੇਖ ਕੇ ਮਤਲਬ ਬਹੁਤ ਮੁੰਡਿਆਂ ਨਾਲ ਕਹਿੰਦਾ ਮੈਨੂੰ ਮੈਸੇਜ ਕੀਤੇ ਕਿ ਭਾਅ ਜੀ ਅਸੀਂ ਤੁਹਾਡਾ ਗਾਣਾ ਸੁਣ ਕੇ, ਤੁਹਾਡੀ ਵੀਡੀਓ ਦੇਖ ਕੇ ਅਸੀਂ ਭਰਤੀ ਕੱਢੀ ਆ, ਮਤਲਬ ਅਸੀਂ ਪੰਜਾਬ ਪੁਲਿਸ 'ਚ ਭਰਤੀ ਹੋ ਗਏ ਜਾਂ ਆਰਮੀ ਦੇ ਵਿੱਚ ਭਰਤੀ ਹੋਏ ਆ। ਸਹੀ ਸਹੀ ਸਹੀ। ਤੇ ਬਾਕੀ ਰਿਪੋਰਟ ਦੇਖਾਂਗੇ ਬਾਅਦ ਵਿੱਚ, ਦਰਸ਼ਕਾਂ ਸਾਹਮਣੇ ਰੱਖਦੇ ਹਾਂ ਕਿਹੋ ਜਿਹੀ ਲੱਗੀ। ਵੈਸੇ ਜਿਸ ਤਰ੍ਹਾਂ ਬਾਲੀਵੁੱਡ ਦੇ ਵਿੱਚ ਆਮਿਰ ਖਾਨ ਸਟੋਰੀ ਦੇ ਅਨੁਸਾਰ ਐਨ ਢਲ ਜਾਂਦਾ ਆ, ਤੇ ਹਰੇਕ ਫਿਲਮ ਉਹਦੀ ਸਾਲ ਦੀ ਇੱਕ ਹੁੰਦੀ ਹੈ। ਇਹਨੇ ਵੀ ਮੁੰਡੇ ਨੇ 4 ਸਾਲ ਹੋ ਗਏ, ਲਗਭਗ 2017 ਦੇ ਵਿੱਚ ਫਿਲਮ ਸ਼ੁਰੂ ਹੋਈ ਸੀ, ਇਹ ਉਦੋਂ ਵੀ ਪੜ੍ਹਿਆ ਸੀ ਫਿਲਮ ਬਾਰੇ ਵੀ ਫਿਲਮ ਸ਼ੁਰੂ ਹੋ ਰਹੀ ਹੈ। ਨਹੀਂ ਸਹੀ, ਮੈਨੂੰ 2 ਸਾਲ ਦੀ ਮਿਹਨਤ ਆ, 2 ਸਾਲ ਤਾਂ ਲੋਕਡਾਊਨ, ਚਲੋ ਹਾਂ ਲੋਕਡਾਊਨ ਨਹੀਂ ਉਹ ਮਤਲਬ ਰਿਲੀਜ਼ ਕਰ ਪਾਏ ਉਹ, ਬਿਲਕੁਲ 2 ਸਾਲ ਦੀ ਮਿਹਨਤ ਆ। ਤੇ ਆਓ ਫਿਰ ਚੱਲਦੇ ਹਾਂ। ਤੇ ਸਾਡੇ ਇੱਕ ਨਾ ਨਵਾਂ ਸ਼ਹਿਰ ਤੋਂ ਹੁਸ਼ਿਆਰਪੁਰ ਰੋਡ ਤੇ ਮਤਲਬ ਗੜਸ਼ੰਕਰ ਤੇ ਮਾਲਪੁਰ ਦੇ ਗੱਬੇ ਇੱਕ ਨਵਾਂ ਸਿਨੇਮਾ ਖੁੱਲਿਆ, ਤੇ ਅੱਜ ਪਹਿਲੀ ਵਾਰੀ ਚੱਲਿਆ ਜੀ ਉਸ ਸਿਨੇਮੇ ਫਿਲਮ ਦੇਖਣ, ਤੇ ਆਓ ਫਿਰ ਚੱਲਦੇ ਹਾਂ। ਲਓ ਜੀ ਆਪਾਂ ਪਹੁੰਚ ਗਏ ਹਾਂ AG ਸਿਨੇਮਾ, ਅਤੇ ਜਿਹੜਾ ਆਪਣੇ ਨਵਾਂ ਖੁੱਲ੍ਹਾ, ਅਤੇ ਮੈਨੂੰ ਲੱਗਦਾ ਜਿਹੜਾ ਪਹਿਲਾ ਸ਼ੋਅ ਚੱਲਦਾ ਪੂਰਾ ਰਸ਼ ਆ, ਵਧੀਆ ਰਿਸਪੋਂਸ ਆ ਲੋਕਾਂ ਦਾ, ਅਤੇ ਆਪਾਂ ਦੇਖਣਾ ਹੈਗਾ ਆ। ਆਪਾਂ ਪਹਿਲਾਂ ਆ ਗਏ, ਮੈਨੂੰ ਲੱਗਦਾ ਸੀ ਕਿ 3 ਵਜੇ ਸ਼ੋਅ ਆ ਅਤੇ ਸ਼ੋਅ ਸਟਾਰਟ ਹੋਣਾ 4 ਵਜੇ। ਬਾਕੀ ਸਾਰੀਆਂ ਥੱਲੇ ਵਾਲੀਆਂ ਟਿਕਟਾਂ ਸੇਲ ਹੋ ਚੁੱਕੀਆਂ। ਲੋ ਵੀ ਸਿਨੇਮਾ ਬਹੁਤ ਸੋਹਣਾ ਬਣਿਆ ਅੰਦਰੋਂ ਸਾਡੇ ਹਿਸਾਬ ਦੇ ਨਾਲ, ਜਿਸ ਹਿਸਾਬ ਦਾ ਸਾਡਾ ਏਰੀਆ ਹੈ ਨਾ। ਅਤੇ ਤਕਰੀਬਨ ਫੁੱਲ ਆ ਲੱਗੀ ਭਾਜੀ ਫਿਲਮ। ਕੰਮ ਕਿਹਦਾ ਵਧੀਆ? ਕਿਹਦਾ ਕੰਮ ਵਧੀਆ ਲੱਗਿਆ? ਸਾਰਾ ਕੰਮ ਵਧੀਆ ਸੀਗਾ, ਤਕਰੇਬਾ ਸਾਹਿਬ ਦਾ ਸਾਹਮਣਾ ਵਧੀਆ ਸੀਗਾ। ਹਾਂਜੀ ਤੁਹਾਡਾ ਕੀ ਕਹਿਣਾ? ਬਹੁਤ ਵਧੀਆ ਭਾਜੀ, ਬਹੁਤ ਵਧੀਆ ਮੁਸ਼ਕਲ ਵਿਸ਼ਾ ਛੋਹਿਆ ਤਾਂ ਇਹੀ ਹੈ, ਇੱਕ ਰਿਸਕ ਲਿਆ ਔਰ ਇੱਕ ਬਹੁਤ ਵਧੀਆ ਰਿਸਕ ਲਿਆ ਉਸ ਬੰਦੇ ਨੇ। ਹੋਰ ਕੀ ਵਧੀਆ? ਹਾਰ ਚੁੱਕਾ ਬੰਦਾ, ਹਾਰ ਚੁੱਕਾ ਕਿਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਫੇਰ ਮੁੜ ਕੇ ਚੈਂਪੀਅਨ ਬਣਦਾ। ਇੱਕ ਬਹੁਤ ਵੱਡਾ ਸੁਨੇਹਾ ਯੂਥ ਵਾਸਤੇ ਵੀ, ਐਵੇਂ ਮਾੜੀ ਜਿਹੀ ਗੱਲ ਦਿਲ ਤੇ ਲਾ ਕੇ ਬਹਿ ਜਾਂਦੇ, ਹਾਏ ਮੈਂ ਮਰ ਗਿਆ, ਹਾਏ ਹੋ ਗਿਆ, ਉਹ ਕੈਸੀ ਚੀਜ਼ ਉਹਨੇ ਦਿਖਾ ਲਈ ਆ, ਇੱਕ ਕੈਂਸਰ ਨੂੰ ਹਰਾ ਕੇ ਫਿਰ ਉਹ ਇੱਕ ਆਪਣੀ ਫੀਲਡ ਵਿੱਚ ਆ ਗਿਆ। ਫਿਲਮ 'ਚ ਕਿਹੜੀ ਕਿਹੜੀ ਚੀਜ਼ ਵਧੀਆ ਲੱਗੀ? ਫਿਲਮ ਦੀ ਜਿਹੜੀ ਇੱਕ ਫੋਟੋਗ੍ਰਾਫੀ ਆ, ਕੈਮਰੇ ਦਾ ਬਾ ਕਮਾਲ ਹੈ, ਅਤੇ ਸਰਦਾਰ ਸੋਹੀ ਗਰੇਵਾਲ ਅਤੇ ਸਟੋਰੀ ਬਹੁਤ ਸੋਹਣੀ। ਜੇ ਮੈਂ ਦੇਖਾਂ ਨਾ, ਮੈਨੂੰ ਸਭ ਤੋਂ ਵਧੀਆ ਐਕਟਿੰਗ ਲੱਗੀ ਇੱਕ ਜਿਹੜੀ ਸਰਦਾਰ ਸੋਹੀ ਸਾਹਿਬ,
ਤੇ ਇੱਕ ਜਿਹੜਾ ਬੱਚਾ ਸੀਗਾ ਹਾਂ ਜਿਹਨੇ ਉਹਦੇ ਬੱਚੇ ਹੁੰਦੇ ਦਾ ਰੋਲ ਕੀਤਾ ਹੁੰਦਾ ਤੇ ਉਹ ਤੇ ਉਹ ਸਭ ਤੋਂ ਵਧੀਆ ਲੱਗਾ ਪਾਰਟ ਤੇ ਹੋਰ ਸੀਗਾ ਇੱਕ ਜਦੋਂ ਮੈਨੂੰ ਉਹ ਸਭ ਤੋਂ ਵਧੀਆ ਤੇ ਮੈਨੂੰ ਇਮੋਸ਼ਨਲ ਸੀਨ ਲੱਗਾ ਜਦੋਂ ਉਹ ਕੈਂਸਰ ਹੋਇਆ ਹੁੰਦਾ ਉਹਨੂੰ ਨਾ ਤੇ ਜਦੋਂ ਉਹ ਸੁਸਾਈਡ ਕਰਨ ਲੱਗਾ ਉਹ ਮਾਂ ਵਾਲਾ ਸੀਨ ਹੋਇਆ ਜਿਹੜਾ ਜਦੋਂ ਮਾਂ ਵਾਲੇ ਸੀਨ ਦੇ ਵਿੱਚ ਵੀ ਵਧੀਆ ਕੀ ਸੀ ਹਾਂ ਵਧੀਆ ਕੀ ਸੀ ਦੱਸੋ ਮਾਂ ਉਹਨੇ ਵੀ ਇੱਕ ਚਲੋ ਹੁਣ ਆਪਣਾ ਆਪਣਾ ਨਜ਼ਰੀਆ ਹੁੰਦਾ ਇੱਕ ਨਾ ਜਿਸ ਤਰ੍ਹਾਂ ਉਹਨੇ ਉਹਨੂੰ ਮੋੜਿਆ ਵਾਪਸ ਮੋੜਿਆ ਨਾ ਮੈਨੂੰ ਮਾਂ ਵਾਲੇ ਸੀਨ ਚ ਸਭ ਤੋਂ ਵਧੀਆ ਜਿਹੜੀ ਚੀਜ਼ ਲੱਗੀ ਕਿ ਉਹਨੇ ਸਾਹਿਬਜ਼ਾਦਿਆਂ ਬਾਰੇ ਗੱਲ ਜਿਹੜੀ ਗੱਲ ਕੀਤੀ ਹੈ ਜਿਹੜਾ ਇੱਕ ਤਸੀਹੇ ਸਹਿੰਦਾ ਆ ਉਹੀ ਚੈਂਪੀਅਨ ਬਣਦਾ ਉਹੀ ਜਿੱਤਦਾ ਆ ਇਹ ਨਹੀਂ ਹਾਰ ਕੇ ਨਹੀਂ ਕੋਈ ਦੂਜਾ ਹੁੰਦਾ ਵੀ ਜ਼ਿੰਦਗੀ ਤੋਂ ਭੱਜ ਗਿਆ ਤੇ ਆਲਮੋਸਟ ਆਲਮੋਸਟ ਫਿਲਮ ਬਹੁਤ ਸੋਹਣੀ ਸੀ ਦੇਖਣੀ ਚਾਹੀਦੀ ਜੀ ਸਾਰਿਆਂ ਨੂੰ ਦੇਖਣੀ ਚਾਹੀਦੀ ਸਭ ਤੋਂ ਵੱਡੀ ਗੱਲ ਤਾਂ ਇੱਕ ਫੈਮਿਲੀ ਵਾਲੀ ਫਿਲਮ ਆ ਹਨਾ ਕਿ ਮਤਲਬ ਆਪਾਂ ਫੈਮਿਲੀ ਨਾਲ ਜਾ ਕੇ ਇਦਾਂ ਦੀਆਂ ਫਿਲਮਾਂ ਅੱਜ ਕੱਲ ਘੱਟ ਹੀ ਆਉਂਦੀਆਂ ਜ਼ਿਆਦਾਤਰ ਪੰਜਾਬੀ ਫਿਲਮਾਂ 'ਚ ਵੀ ਤੁਹਾਨੂੰ ਜੇ ਪੰਜਾਬੀ ਫਿਲਮਾਂ 'ਚ ਸਾਲਾ ਤਾਂ ਤੈਨੂੰ ਪਤਾ ਵਰਡ ਇੰਨੀ ਕੁ ਵਾਰੀ ਹੁੰਦਾ ਕੋਈ ਵੀ ਪੰਜਾਬੀ ਫਿਲਮ ਆਉਂਦੀ ਕਮੇਡੀ ਨਾ ਉਹਦੇ 'ਚ ਸਾਲਾ ਵਰਡ ਤਾਂ ਇੰਨੀ ਕੁ ਵਾਰੀ ਹੁੰਦਾ ਕਿ ਮੇਰਾ ਗੱਲ ਜੇ ਗਿਣਿਆ ਜਾਵੇ ਤਾਂ ਸ਼ਾਇਦ ਕਈ ਫਿਲਮਾਂ ਇਦਾਂ ਦੀ ਵੀ ਨਿਕਲ ਜਾਣੀ ਜਿਹੜੇ 100 ਵਾਰੀ ਇਹ ਵਰਡ ਯੂਜ਼ ਕੀਤਾ ਹੋਵੇ ਇੱਕ ਨਾ ਆਪਣੇ ਕੁਝ ਫਿਲਮਾਂ ਅਲੱਗ ਬਣਦੀਆਂ ਜਿਨ੍ਹਾਂ ਤੋਂ ਇਹ ਬਹੁਤ ਅਲੱਗ ਹੈ ਨਹੀਂ ਤਾਂ ਜਾਂ ਕਮੇਡੀ ਵੱਲੋਂ ਹੋ ਗਏ ਸਾਰੇ ਕਮੇਡੀ ਵੱਲੋਂ ਤੁਰੇ ਜਾਂ ਫਿਰ ਐਕਸ਼ਨ ਤੇ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕਿਤੇ ਕੋਈ ਗਲਤ ਲਫ਼ਜ਼ ਕੋਈ ਯੂਜ਼ ਕੀਤਾ ਸੀ ਜਾਂ ਕੁਛ ਨਹੀਂ ਨਹੀਂ ਬਹੁਤ ਸੋਹਣੀ ਸੀ ਮਤਲਬ ਬਹੁਤ ਇਮੋਸ਼ਨਲ ਮੂਵੀ ਸੀ ਜਿੱਦਾਂ ਹਨਾ ਮੈਂ ਵੀ ਦੇਖਦਾ ਦੇਖਦਾ ਕਈ ਸੀਨਾਂ ਤੇ ਮੈਂ ਵੀ ਭਾਵਕ ਹੋਇਆ ਹਨਾ ਸਹੀ ਤੇ ਬਹੁਤ ਹੀ ਸੋਹਣੀ ਮੂਵੀ ਸੀ ਤੇ ਅਸੀਂ ਕਹਿੰਦੇ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਤਾਂ ਕਿ ਜਿੱਦਾਂ ਇਹ ਗਰੇਵਾਲ ਸਾਹਿਬ ਨੇ ਇੱਦਾਂ ਦਾ ਉਪਰਾਲਾ ਕੀਤਾ ਤੇ ਇੱਦਾਂ ਦੇ ਲੋਕਾਂ ਦੀ ਹਿੰਮਤ ਨਹੀਂ ਟੁੱਟਣੀ ਚਾਹੀਦੀ ਬੱਚਿਆਂ ਨੂੰ ਨਾਲ ਲਿਜਾ ਕੇ ਦੇਖੋ ਮੂਵੀ ਇਹ ਪੂਰੀ ਫੈਮਿਲੀ ਵਿਦ ਫੈਮਿਲੀ ਬੱਚਿਆਂ ਨੂੰ ਔਰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਆਲਮੋਸਟ ਲਾਲਦੀਪ ਭਾਜੀ ਪੰਜ ਚੋਂ ਕਿੰਨੇ ਸਟਾਰ ਆ ਮੇਰੇ ਵੱਲੋਂ ਪੰਜ ਮੇਰੇ ਵੱਲੋਂ ਵੀ ਪੰਜ ਸਟਾਰ ਹੀ ਆ ਤੇ ਮੈਨੂੰ ਇੱਕ ਅੱਧੀ ਕੋਈ ਕਮੀ ਪੇਸ਼ੀ ਲੱਗੀ ਜਿਹੜੀ ਕੋਈ ਕਮੀ ਪੇਸ਼ੀ ਸੀ ਹੈ ਨਾ ਉਹ ਜਿਹੜੇ ਮੂਵੀ ਦੇ ਜਿਹੜੇ ਗਾਣੇ ਸੀਗੇ ਨਾ ਜਿਹੜੇ ਉਹ ਇਕੱਲਾ ਇਕੱਲਾ ਗਾਣਾ ਹੈ ਨਾ ਮਤਲਬ ਇੱਕ ਬਹੁਤ ਹੀ ਸੋਹਣਾ ਮਤਲਬ ਗਾਇਆ ਉਹ ਵੀ ਬਹੁਤ ਸੋਹਣਾ ਸੀ ਤੇ ਜਿਨ੍ਹਾਂ ਨੇ ਲਿਖੇ ਹੋ ਸੀਗੇ ਹੈ ਨਾ ਸਾਰੇ ਸਾਰੇ ਉਹ ਮਤਲਬ ਉਹ ਗਾਣਿਆਂ ਨੇ ਜਿਹੜੀ ਕੋਈ ਕਮੀ ਪੇਸ਼ੀ ਹੈਗੀ ਆ ਉਹ ਫਿਲਮ ਦੇ ਵਿੱਚ ਜੇ ਕੋਈ ਹੈਗੀ ਵੀ ਆ ਤਾਂ ਉਹ ਗਾਣੇ ਉਹਨੂੰ ਦੂਰ ਕਰਦੇ ਆ ਤੇ ਮੇਰੇ ਵੱਲੋਂ ਹੀ ਪੰਜ ਸਟਾਰ ਆ ਤੇ ਆਲ ਦਾ ਬੈਸਟ ਆ ਪੂਰੀ ਟੀਮ ਨੂੰ ਮੁਬਾਰਕਾਂ ਆ ਤੇ ਆਪਣੀ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਜਾਓ ਥੀਏਟਰਾਂ ਦੇ ਵਿੱਚ ਤੇ ਮੂਵੀ ਦੇਖ ਕੇ ਆਓ ਤੇ ਤੁਸੀਂ ਵੀ ਆਪਣੇ ਰਿਵਿਊ ਜਿਹੜੇ ਆਪਣੇ ਮਤਲਬ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਮੂਵੀ ਨੂੰ ਬਹੁਤ ਦੇਸ਼ ਵਿਦੇਸ਼ ਵਿੱਚ ਪੰਜਾਬੀ ਸਭ ਤੋਂ ਵੱਧ ਇਹਨੂੰ ਪਿਆਰ ਦੇ ਸਕਣ ਹਨਾ ਕਿਉਂਕਿ ਬਹੁਤ ਮਿਹਨਤ ਕੀਤੀ ਹੈ ਮੁੰਡੇ ਨੇ ਤੇ ਸਾਥ ਦੇਈਏ ਅਸੀਂ ਉਹਦਾ ਤੇ ਵੱਧ ਤੋਂ ਵੱਧ ਜਾਓ ਸਾਡਾ ਫਰਜ਼ ਅਸੀਂ ਇਹਨੂੰ ਹੀ ਆਪੇ ਪ੍ਰਮੋਟ ਕਰੀਏ ਬਿਲਕੁਲ 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 ਤੇ ਚਲੀਏ ਫਿਰ ਚੰਗਾ ਜੀ ਰੱਬ ਰਾਖਾ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਆ ਗਿਆ ਰੱਬ ਰਾਖਾ।